ਹਾਂਜੀ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਰਵਾਬ ਟੀਵੀ ਦੇ ਉੱਤੇ ਸੋ ਬਹੁਤ ਵੱਡੀ ਅਪਡੇਟ ਲੈ ਕੇ ਆਏ ਆਂ ਨੌਜਵਾਨਾਂ ਦੇ ਲਈ ਜੋ ਕਿ ਸਾਰੇ ਨੌਜਵਾਨਾਂ ਨੂੰ ਭਗਵੰਤ ਮਾਨ ਤੋਂ ਬਹੁਤ ਸਾਰੀਆਂ ਨਵੀਂ ਸਰਕਾਰ ਤੋਂ ਉਮੀਦਾਂ ਸਨ ਕਿ ਸਾਡੇ ਲਈ ਨਵੀਂ ਸਰਕਾਰ ਸਾਡੀ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਵਧੀਆ ਉਪਰਾਲੇ ਕਰੇ ਤਾਂ ਜੋ ਸਾਰੇ ਉਮੀਦਵਾਰਾਂ ਨੂੰ ਸਾਰੇ ਨੌਜਵਾਨਾਂ ਨੂੰ ਆਪਣੀ ਯੋਗਤਾ ਦੇ ਅਨੁਸਾਰ ਸਰਕਾਰੀ ਨੌਕਰੀਆਂ ਮਿਲ ਸਕਣ ਤਾਂ ਭਗਵੰਤ ਮਾਨ ਜੀ ਨੇ ਵੀ ਬਹੁਤ ਵੱਡਾ ਫੈਸਲਾ ਲਿਆਏ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਆਖਿਆ ਕਿ ਮੈਂ ਇਸ ਪੰਜਾਬ ਦੀ ਜਿਹੜੀ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਮੇਰਾ ਜਿਹੜਾ ਹਰਾ ਪੈਨ ਹੈ ਉਹ ਸਭ ਤੋਂ ਪਹਿਲਾਂ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਚੱਲੇਗਾ ਉਹਨਾਂ ਨੇ ਆਪਣੀ ਕੈਬਨਟ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਲਿਆਏ 10000 ਪੋਸਟਾਂ ਉਹਨਾਂ ਨੇ ਪੰਜਾਬ ਪੁਲਿਸ ਦੀਆਂ ਅਨਾਉਂਸ ਕੀਤੀਆਂ ਨੇ ਜਿਹੜੀ ਪੰਜਾਬ ਪੁਲਿਸ ਦੀ ਭਰਤੀ 2022 ਹੋਵੇਗੀ ਤਕਰੀਬਨ ਉਹਨਾਂ ਨੇ ਆਖਿਆ ਹੈ ਕਿ ਅਗਲੇ ਮਹੀਨੇ ਤੱਕ ਜਿਹੜੀਆਂ ਇਹ ਪੋਸਟਾਂ ਆ ਜਾਣ ਗਿਆ ਠੀਕ ਹੈ ਤੁਸੀਂ ਵੀ ਪੰਜਾਬ ਪੁਲਿਸ ਦੀ ਜਿਹੜੀ ਭਰਤੀ ਹੈ ਉਹਦੇ ਵਿੱਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਆਪਣੀ ਮਿਹਨਤ ਨੂੰ ਸ਼ੁਰੂ ਕਰ ਦੇਵੋ ਅਤੇ ਜੇਕਰ ਤੁਸੀਂ ਹਰ ਇੱਕ ਅਪਡੇਟ ਚਾਹੁੰਦੇ ਹੋ ਕਿ ਕਦੋਂ ਫਾਰਮ ਆਉਣਗੇ ਕਿਸ ਤਰ੍ਹਾਂ ਫਿਜ਼ੀਕਲ ਹੋਵੇਗਾ ਜਾਂ ਸਭ ਤੋਂ ਪਹਿਲਾਂ ਪੇਪਰ ਹੋਵੇਗਾ ਇਹ ਸਾਰੀ ਜਾਣਕਾਰੀ ਜਿਵੇਂ ਜਿਵੇਂ ਪੰਜਾਬ ਸਰਕਾਰ ਵੱਲੋਂ ਆਵੇਗੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਮਿਲੇ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਸਾਡੇ ਵਟਸਐਪ ਗਰੁੱਪ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਹੋ ਤਾਂ ਜੋ ਤੁਹਾਨੂੰ ਸਾਰਾ ਹਰੀ ਜਾਣਕਾਰੀ ਇਸ ਚੈਨਲ ਦੁਆਰਾ ਦਿੱਤੀ ਜਾ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਜਿਹੜੇ ਬੇਰੁਜ਼ਗਾਰ ਨੌਜਵਾਨ ਆ ਜਿਨ੍ਹਾਂ ਨਾਲ ਪਿਛਲੀ ਵਾਰੀ ਚੰਨੀ ਸਰਕਾਰ ਮੌਕੇ ਜੋ ਭਰਤੀ ਹੋਈ ਸੀ ਉਸ ਵਿੱਚ ਘਪਲਾ ਹੋਇਆ ਏ ਉਹਨਾਂ ਨੂੰ ਇਨਸਾਫ ਮਿਲ ਸਕੇ ਆ ਜਿਹੜੀ ਆਉਣ ਵਾਲੀ ਭਰਤੀ ਅਨਾਉਂਸ ਕੀਤੀ ਏ 10000 ਪੋਸਟਾਂ ਦੀ ਇਸ ਦੇ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਣ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ